ਤੋਂ ਬਾਅਦ ਜਿਹੜਾ ਸਰਬੱਤ ਖਾਲਸਾ ਨੂੰ ਤੁਸੀਂ ਦੁਬਾਰਾ ਬੁਲਾ ਰਹੇ ਹੈ, ਇਹਦੀਆਂ ਡੇਟਾਂ ਤੁਸੀਂ ਫਿਕਸ ਕਰਤੀਆਂ ਅਤੇ ਕਿੱਥੇ ਬੁਲਾ ਰਹੇ? ਦੇਖੋ, ਸਰਬੱਤ ਖਾਲਸਾ ਦਾ ਐਲਾਨ ਜਿਹੜਾ ਸੀ ਉਹ ਚੱਬਾ ਦੀ ਧਰਤੀ 'ਤੇ ਹੀ ਹੋਇਆ ਸੀਗਾ ਕਿ ਜੋ ਕਮੀਆਂ ਪੇਸ਼ੀਆਂ ਰਹਿ ਗਈਆਂ ਆਉਣ ਵਾਲੇ ਸਮੇਂ 'ਚ ਸਰਬੱਤ ਖਾਲਸਾ ਜੋ ਕੱਢ ਲਈਆਂ ਜਾਣਗੀਆਂ, ਜਿਹੜੇ ਮਤੇ ਪਾਸ ਕੀਤੇ ਜਾ ਰਹੇ 13 ਮਤੇ, ਇਹਨਾਂ ਨੂੰ ਇੰਪਲੀਮੈਂਟ ਕਰਕੇ, ਇਹਨਾਂ 'ਚੋਂ ਬਹੁਤ ਸਾਰੇ ਮਤੇ ਇੰਪਲੀਮੈਂਟ ਹੋ ਗਏ ਅਤੇ ਰਹਿ ਗਏ ਆ, ਜਿਵੇਂ ਵਿਧੀ ਵਿਧਾਨ ਬਣ ਰਹੇ ਸੀ ਉਹਦੇ 'ਚ, ਉਹਨਾਂ ਦਾ ਐਲਾਨ ਜਿਹੜਾ ਸੀਗਾ ਉਹ ਫਿਰ ਵਿਸਾਖੀ ਦੇ ਸਮੇਂ ਸਰਬੱਤ ਖਾਲਸਾ ਦਾ 10 ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰੂ ਕਾ ਸੀ ਤਲਵੰਡੀ ਸਾਬੋ ਦੀ ਧਰਤੀ 'ਤੇ ਸੱਦਿਆ ਗਿਆ, ਔਰ ਜਿੱਥੇ ਇਹ ਵਿਧੀ ਵਿਧਾਨ ਜਿਹੜੇ ਆ ਉਹ ਜਗਾਰਿਆਂ ਦੀ ਗੂੰਜ ਵਿੱਚ ਪੰਥ ਗੁਰੂ ਪਾਸ ਕੀਤੇ ਜਾਣਗੇ, ਜੇ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰੂ ਕਾ ਸੀ ਤਲਵੰਡੀ ਸਾਬੋ ਆਉਣ ਵਾਲੀ 10 ਨਵੰਬਰ। ਬਾਬਾ ਜੀ, ਇਹਦੇ ਸੰਬੰਧ ਵਿੱਚ ਕੋਈ ਜ਼ਮੀਨ ਵਗੈਰਾ ਵੀ ਤੁਸੀਂ ਉੱਥੇ ਸਰਬੱਤ ਖਾਲਸਾ ਬਣਾਓ? ਬਿਲਕੁਲ, 90-95% ਸਾਡੀਆਂ ਤਿਆਰੀਆਂ ਜਿਹੜੀਆਂ ਸਰਬੱਤ ਖਾਲਸਾ ਦੀਆਂ ਮੁਕੰਮਲ ਹੋ ਗਈਆਂ ਨੇ, ਜ਼ਮੀਨ ਵੀ ਬਕਾਇਦਾ ਲੈ ਲਈ ਗਈ ਹੈ, ਜ਼ਮੀਨ ਦੇ ਉੱਤੇ ਜਿਹੜਾ ਜੋ ਕੁਛ ਲੱਗਣਾ ਸਾਰਾ ਪ੍ਰਬੰਧ ਸਾਡਾ ਮੁਕੰਮਲ ਹੋ ਗਿਆ, ਜੋ ਇਹਦੇ ਸੇਵਾ ਪੱਤਰ ਸੀ, ਜੋ ਪੋਸਟਰ ਫਲੈਕਸ ਇਸ਼ਤਿਹਾਰ ਉਹ ਵੀ ਪੰਜਾਬ ਦੀਆਂ ਸੜਕਾਂ 'ਤੇ, ਪੰਜਾਬ ਦੀਆਂ ਕੰਧਾਂ ਦੇ ਉੱਤੇ ਲੱਗ ਗਏ ਆ, ਇਹਦੇ ਨਾਲ ਨਾਲ ਰਾਜਸਥਾਨ ਅਤੇ ਹਰਿਆਣੇ ਦੇ ਵਿੱਚ ਵੀ। ਸੋ ਹਰੇਕ ਤਰ੍ਹਾਂ ਦੀ ਤਿਆਰੀ ਜਿਹੜੀ ਆ ਵਿਧੀ ਵਿਧਾਨਾਂ ਦੇ ਖਰੜੇ ਅਸੀਂ ਵੈਬਸਾਈਟ 'ਤੇ ਪਾ ਚੁੱਕੇ ਹਾਂ, ਬਕਾਇਦਾ ਇਹਦਾ ਕੰਟਰੋਲ ਰੂਮ ਸਥਾਪਿਤ ਹੋ ਚੁੱਕਿਆ ਹੈ। ਸੋ ਸਾਰੀਆਂ 90-95% ਜਿਹੜੀਆਂ ਨੇ ਉਹ ਸਾਡੀਆਂ ਤਿਆਰੀਆਂ ਮੁਕੰਮਲ ਨੇ, ਹੁਣ ਸਿਰਫ ਸਾਡਾ ਜਿਹੜੇ ਆ ਰਹਿ ਗਿਆ, ਜਿਹੜੇ ਕੁਝ ਸੱਦਾ ਪੱਤਰ ਨੇ ਸਿੱਖ ਜਥੇਬੰਦੀਆਂ ਪ੍ਰਚਾਰਕਾਂ ਨੂੰ ਜਿਹੜੇ ਪਿਛਲੇ ਵਾਰ ਸ਼ਾਮਿਲ ਨਹੀਂ ਸੀ, ਉਹਨਾਂ ਨਾਲ ਮੀਟਿੰਗਾਂ ਚੱਲ ਰਹੀਆਂ ਨੇ, ਉਹਨਾਂ ਨੂੰ ਕਿਉਂਕਿ ਅਸੀਂ ਪੰਥਕ ਏਕਤਾ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਸਰਬੱਤ ਖਾਲਸਾ ਜਿਹੜਾ ਕਰਨਾ ਚਾਹੁੰਦੇ ਹਾਂ, ਔਰ ਸਾਰਿਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਵਾਸਤੇ ਸਾਡੇ ਯਤਨ ਜਾਰੀ ਹੈ, ਔਰ ਇਸ ਦੇ ਨਾਲ ਹੀ ਜਿਹੜੇ ਖਰੜੇ ਨੇ ਵਿਦਵਾਨਾਂ ਦੇ ਲਿਖੇ ਹੋਏ ਵਿਧੀ ਵਿਧਾਨ ਦੇ, ਉਹ ਪਾਏ ਹੋਏ ਵੈਬਸਾਈਟਾਂ ਦੇ ਉੱਤੇ ਰਹਿ ਲਈ ਜਾ ਰਹੀ, ਜਿਹਨਾਂ ਨੂੰ ਫਾਈਨਲ ਰੂਪ ਜਿਹੜਾ ਉਹ ਦੇਣਾ ਬਾਕੀ ਹੈ। ਸਿੱਖ ਕੌਮ ਨੂੰ ਇਹਦੇ ਵਿੱਚ ਸੇਧ ਦੇਣ ਵਾਲੀਆਂ ਕਿਸੇ ਕੋਈ ਮੋਟੀਆਂ ਮੋਟੀਆਂ ਤੁਸੀਂ ਗੱਲਾਂ ਦੱਸ ਸਕਦੇ ਹੋ ਜਿਹੜੀਆਂ ਸੇਧ ਦੇ ਸਕਣ ਜਿਹੜੀ ਇਸ ਸਰਬੱਤ ਖਾਲਸਾ ਦੇ ਵਿੱਚ? ਦੇਖੋ, ਇਹ ਸਰਬੱਤ ਖਾਲਸਾ ਜਦੋਂ ਵੀ ਕੌਮ ਦੇ ਉੱਤੇ ਕੋਈ ਵਿਪਤਾ ਪੈਂਦੀ ਹੈ, ਉਸ ਵੇਲੇ ਸਰਬੱਤ ਖਾਲਸਾ ਦਾ ਐਲਾਨ ਹੁੰਦਾ, ਪੰਥ ਭਵਿੱਖ ਦੇ ਭਵਿੱਖ, ਪੰਜਾਬ ਦੇ ਭਵਿੱਖ, ਕੌਮ ਦੇ ਭਵਿੱਖ ਲਈ ਇਹਦੇ 'ਚ ਫੈਸਲੇ ਲਏ ਜਾਣੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿਸ ਤਰ੍ਹਾਂ ਬਹਾਲ ਕਰਨਾ, ਜਿਹੜੀ ਥਾਂ ਥਾਂ ਬੇਅਦਬੀ ਹੋ ਰਹੀ ਹੈ ਉਸ ਨੂੰ ਕਿਵੇਂ ਰੋਕਣਾ, ਔਰ ਜਿਹੜੇ ਨਸ਼ੇ ਆ ਸਾਡੇ ਸਾਹਮਣੇ ਬਹੁਤ ਵੱਡੀ ਜਿਹੜੀ ਇੱਕ ਸਮਾਜਿਕ ਕੁਰੀਤੀ ਸਾਡੇ ਸਾਹਮਣੇ ਆ ਰਹੀ ਹੈ, ਉਹਨੂੰ ਰੋਕਣ ਵਾਸਤੇ ਜਿਹੜੇ ਪ੍ਰੋਗਰਾਮ ਐਲਾਨ ਆ, ਔਰ ਬੱਚਿਆਂ ਨੂੰ ਵਿੱਦਿਆ ਨਾਲ ਜੋੜਨ ਵਾਸਤੇ, ਆਪਣੀ ਕੌਮ ਨੂੰ ਪੜ੍ਹੀ ਲਿਖੀ ਕੌਮ ਬਣਾਉਣ ਵਾਸਤੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਵੀ ਬੱਚਾ ਜਿਹੜਾ ਸਾਡਾ ਉਹ ਵਿੱਦਿਆ ਤੋਂ ਬਿਨਾਂ ਨਾ ਰਹੇ, ਨਾ ਦੁਨਿਆਵੀ ਵਿੱਦਿਆ ਨਾ ਰੂਹਾਨੀਅਤ ਦੀ ਧਾਰਮਿਕ ਵਿੱਦਿਆ ਵੀ ਹਾਸਿਲ ਕਰੇ, ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਔਰ ਆਪਣੇ ਕੌਮ ਦੇ ਗਲੋਂ ਗੁਲਾਮੀ ਲਾ ਕੇ ਆਜ਼ਾਦੀ ਦੀ ਗੱਲ ਜਿਹੜੀ ਆ, ਜੋ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਔਰ ਜਿਸ ਤਰੀਕੇ ਨਾਲ ਸਾਡੇ ਕਿਸਾਨ ਨੂੰ ਕਿਸਾਨੀ ਜਿਹੜੀ ਉਹ ਕਰਜ਼ਿਆਂ ਹੇਠ ਦਾ ਪੁਰਕਸ਼ੀਆਂ ਦੇ ਰਾਹ ਪਈ ਹੋਈ ਹੈ, ਉਹਨਾਂ ਦਾ ਇਹ ਰਾਹ ਰੋਕਣ ਵਾਸਤੇ ਸਾਰੀਆਂ ਜਿਹੜੀਆਂ ਸੇਧਾਂ ਇਸ ਸਰਬੱਤ ਖਾਲਸਾ ਦੇ ਵਿੱਚ, ਆਪਣੇ ਪੰਜਾਬ ਦਾ, ਆਪਣੇ ਗੁਰਦੁਆਰਿਆਂ, ਤਖਤਾਂ, ਗੁਰਧਾਮਾਂ, ਸ਼੍ਰੋਮਣੀ ਸੰਸਥਾਵਾਂ ਦਾ ਪ੍ਰਬੰਧ ਸੰਗਤਾਂ ਦੇ ਹੱਥਾਂ 'ਚ ਦੇਣ ਵਾਸਤੇ ਇਹਦੇ 'ਚ ਫੈਸਲੇ ਜਿਹੜੇ ਆ ਹੋਣੇ ਆ, ਉਹਦੇ ਵਿੱਚ ਇਹ ਜਿਹੜੀ ਸਿੱਖਿਆ ਉੱਥੇ ਜੋ ਪੰਥ ਜੁੜਨਾ, ਔਰ ਜਿਨ੍ਹਾਂ ਨੇ ਲਾਈਵ ਦੁਨੀਆ ਭਰ 'ਚ ਬਹਿ ਕੇ ਦੇਖਣਾ, ਉਹਨਾਂ ਨੂੰ ਇਹੋ ਜਿਹਾ ਐਲਾਨ ਜਿਹੜਾ ਉਹ ਮਿਲੇਗਾ। ਕੀ ਸਰਬੱਤ ਖਾਲਸਾ 'ਚ ਬਾਹਰੋਂ ਵੀ ਸੰਗਤਾਂ ਆ ਰਹੀਆਂ ਫੋਰਨਰ? ਬਿਲਕੁਲ, ਵਿਦੇਸ਼ਾਂ ਵਿੱਚੋਂ ਵੀ ਨੁਮਾਇੰਦੇ ਜਿਹੜੇ ਆ ਉਹ ਤਕਰੀਬਨ ਬਹੁਤ ਸਾਰੀਆਂ ਕੰਟਰੀਆਂ 'ਚ ਨੁਮਾਇੰਦੇ, ਪਿਛਲੀ ਵਾਰ ਵੀ ਆਏ ਸੀ ਪਰ ਇਸ ਵਾਰ ਵੀ ਆ। ਸਰਬੱਤ ਖਾਲਸਾ ਦੇ ਵਿੱਚ ਕੀ ਇਹੋ ਜਿਹੇ ਫੈਸਲੇ ਲਏ ਜਾ ਸਕਦੇ ਵੀ ਆਉਣ ਵਾਲੀਆਂ 2017 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ, ਇਹਦੇ ਵਿੱਚ ਕੀ ਭੂਮਿਕਾ ਨਿਭਾ ਸਕਦੀ? ਦੇਖੋ, ਸਰਬੱਤ ਖਾਲਸਾ ਨੇ ਆਉਣ ਵਾਲੀਆਂ 17 ਦਾ ਸਾਰਾ ਹੀ ਭਵਿੱਖ ਜਿਹੜਾ, 2017 ਦੀਆਂ ਚੋਣਾਂ ਤਾਂ ਕੁਛ ਵੀ ਗੱਲ ਨਹੀਂ ਹੈ, ਸਰਬੱਤ ਖਾਲਸਾ ਨੇ ਪੰਥ ਦਾ ਪੰਜਾਬ ਦਾ ਭਵਿੱਖ ਤੈਅ ਕਰਨਾ, ਪੰਜਾਬ ਵਿੱਚ ਜੋ ਵੀ ਹੋਵੇਗਾ ਉਹ ਸਰਬੱਤ ਖਾਲਸਾ ਜਿਹੜਾ ਉਹਦੇ ਵਿੱਚ ਜਿਹੜਾ ਸਾਹਮਣੇ ਮਾਰਗ ਦਰਸ਼ਨ ਕਰੂਗਾ। ਇਹ ਸਰਬੱਤ ਖਾਲਸਾ ਇਸ ਤਰ੍ਹਾਂ ਦਾ ਹੋਊਗਾ ਕਿ ਆਉਣ ਵਾਲੇ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਘਟਨਾਵਾਂ ਨੇ ਉਹ ਸਰਬੱਤ ਖਾਲਸਾ ਦੇ ਨਿਕਲਣ। ਇਹ ਦੇਖਿਆ ਰਹੇ ਵੀ ਸਰਬੱਤ ਖਾਲਸਾ ਹੋਣ ਤੋਂ ਬਾਅਦ ਦੇ ਵਿੱਚ ਤੁਸੀਂ 2017 ਦੀਆਂ ਚੋਣਾਂ ਵਿੱਚ ਮੁੱਖ ਭੂਮਿਕਾ ਜਿਹੜੀ ਸਿੱਖ ਕੌਮ ਨਿਭਾ ਸਕਦੀ ਹੈਗੀ ਹੈ ਸਰਬੱਤ ਖਾਲਸੇ ਤੋਂ ਬਾਅਦ? ਦੇਖੋ, ਸਰਬੱਤ ਖਾਲਸਾ ਜਿਹੜਾ ਨਾ, ਪਹਿਲਾਂ ਵੀ ਜਿੰਨੀਆਂ ਸਿੱਖ ਜਥੇਬੰਦੀਆਂ ਹੁਣ ਤੱਕ ਸਾਡੇ ਨਾਲ ਰਿਲੇਟਡ ਹੋਈਆਂ ਨੇ ਸਰਬੱਤ ਖਾਲਸਾ ਨੂੰ ਕਰਨ ਵਾਸਤੇ, ਉਹਨਾਂ 'ਤੇ ਬਿਲਕੁਲ ਪਾਬੰਦੀ ਲਾਈ ਹੈ ਕਿ 10 ਨਵੰਬਰ ਤੱਕ ਕੋਈ ਵੀ ਆਪਣਾ ਕੈਂਡੀਡੇਟ ਨਾ ਅਨਾਊਂਸ ਕਰੇ, ਕੋਈ ਰਾਜਨੀਤੀ ਦੀ ਗੱਲ ਨਹੀਂ, ਇੱਧਰ ਹੀ ਸਾਰਾ ਸਰਬੱਤ ਖਾਲਸਾ 'ਤੇ ਅਨਾਊਂਸ ਕੀਤਾ ਜਾਵੇ। ਬਾਕੀ ਸਿੱਖ ਜਿਹੜਾ ਉਹ ਮੀਰੀ ਪੀਰੀ ਦੇ ਸਿਧਾਂਤ 'ਤੇ ਚੱਲਦਾ, ਗੁਰੂ ਸਾਹਿਬ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ,
ਸਿੱਖ ਇਹ ਤਾਂ ਹੈ ਨਹੀਂ ਵੀ ਇਕੱਲਾ ਧਾਰਮਿਕ ਰਾਜਨੀਤਿਕ ਨਹੀਂ ਹੈ ਜਾਂ ਇਕੱਲਾ ਰਾਜਨੀਤਿਕ ਧਾਰਮਿਕ ਨਹੀਂ ਹੈ। ਧਰਮ ਦੇ ਰਾਜਨੀਤੀ ਇਕੱਠੀ ਚੱਲਦੀ ਹੈ, ਬਸ਼ਰਤੇ ਕਿ ਧਰਮ ਦੇ ਕੁੰਡੇ ਹੇਠ ਰਾਜਨੀਤੀ ਹੋਵੇ। ਜਿਹੜਾ ਮੌਜੂਦਾ ਸਿਸਟਮ ਆ ਉਹਨਾਂ ਨੇ ਅਮੀਰੀ ਪੀਰੀ ਦੇ ਸਿਧਾਂਤ ਦੀ ਗਲਤ ਵਰਤੋਂ ਕੀਤੀ, ਦੁਰਵਰਤੋਂ ਕੀਤੀ ਹੈ। ਉਹਨਾਂ ਨੇ ਧਰਮ ਨੂੰ ਰਾਜਨੀਤੀ ਦੇ ਕੁੰਡੇ ਹੇਠਾਂ ਕਰ ਲਿਆ, ਤਾਂ ਹੀ ਉਹ ਸਿਆਸੀ ਸਾਰਿਆਂ ਦੇ ਕਦੇ ਮਾਫ਼ੀਨਾਮਾ ਦੇ ਦਿਓ, ਕਦੇ ਮਾਫ਼ੀਨਾਮਾ ਰੱਦ ਕਰ ਦਿਓ, ਇਹ ਸਾਰਾ ਕੁਛ ਉਹਨਾਂ ਵੱਲੋਂ ਕੀਤਾ ਜਾ ਰਿਹਾ। ਸੋ ਇਹ ਜਿਹੜਾ ਸਰਬੱਤ ਖਾਲਸਾ ਇਹ ਮੀਰੀ ਪੀਰੀ ਦੇ ਸਿਧਾਂਤ ਦੇ ਉੱਤੇ ਹੋਵੇਗਾ ਪੂਰਾ, ਔਰ ਕੌਮ ਦੇ ਪੰਥ ਦੇ ਭਵਿੱਖ ਨੂੰ ਤੈਅ ਕਰਨ ਵਾਸਤੇ ਜਿਹੜਾ ਅਹਿਮ ਫੈਸਲਾ ਜਿਹੜਾ ਸਰਬੱਤ ਖਾਲਸਾ ਕਰੂਗਾ। ਪਿਛਲੇ ਦਿਨ ਬਾਬਾ ਜੀ ਇੱਕ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਦਰਸ਼ਨੀ ਚੌੜੀ ਹੈਗੀ ਉਹ 'ਤੇ ਕੁਛ ਦੇਵੀ ਦੇਵਤਿਆਂ ਦੀਆਂ ਪੁਰਾਣੀਆਂ ਤਸਵੀਰਾਂ ਜਿਹੜੀਆਂ ਉਹਨਾਂ ਨੂੰ ਦੁਬਾਰਾ ਰੰਗ ਕਰਕੇ ਠੀਕ ਕੀਤਾ ਜਾ ਰਿਹਾ। ਦੇਖੋ ਉਹਦੇ ਬਾਰੇ ਇੱਕ ਗੱਲ ਸਾਹਮਣੇ ਆਈ ਹੈ ਕਿ ਉਹ ਜਿਹੜੇ ਹੋਰ ਜਗ੍ਹਾ ਦੀਆਂ ਨੇ ਉਸ ਜਗ੍ਹਾ ਦੀਆਂ ਨਹੀਂ ਆ। ਉੱਥੇ ਦਾ ਜਿਹੜੀ ਪੁਰਾਤਨ ਮੀਨਾਕਾਰੀ ਹੋਈ ਹੈ ਉਹੀ ਮੀਨਾਕਾਰੀ ਨੂੰ ਪੇਂਟ ਕੀਤਾ ਜਾ ਰਿਹਾ, ਬਾਕੀ ਜੇ ਕੋਈ ਨਵੇਂ ਸਿਰਿਓਂ ਨਹੀਂ ਬਣਾਈ ਜਾ ਰਹੀ। ਜੇ ਕੋਈ ਨਵੇਂ ਸਿਰਿਓਂ ਬਣਾਈ ਜਾ ਰਹੀ ਹੈ ਉੱਥੇ ਇਸ ਤਰ੍ਹਾਂ ਦੀ, ਅਤੇ ਉਹ ਦੁਖਦਾਈ ਗੱਲ ਆ, ਉਹਦੀ ਅਸੀਂ ਨਿਖੇਧੀ ਕਰਦੇ ਹਾਂ। ਪਰ ਜੋ ਸਾਡੇ ਸਾਹਮਣੇ ਆਇਆ ਕਿ ਕੋਈ ਉੱਥੇ ਇਸ ਤਰ੍ਹਾਂ ਦੀ ਗੱਲ ਜਿਹੜੀ ਉਹ ਨਹੀਂ ਆ। ਵੈਸੇ ਮੀਡੀਆ ਦੇ ਵਿੱਚ ਕਿਸੇ ਹੋਰ ਜਗ੍ਹਾ ਦੀਆਂ ਪੇਂਟਿੰਗ ਨੂੰ ਲੈ ਕੇ ਜਿਹੜਾ ਹੈਗਾ ਇਹ ਪ੍ਰਚਲਿਤ ਕੀਤਾ ਜਾ। ਕਾਂਗਰਸ ਪਾਰਟੀ ਦੇ ਇੱਕ ਜ਼ਿੰਮੇਵਾਰ ਲੀਡਰ ਆ ਜਿਹੜੇ ਇੰਦਰਜੀਤ ਸਿੰਘ ਜੀਰਾ, ਜਿਹੜੇ ਉੱਥੇ ਜਾ ਕੇ ਉਹਨਾਂ ਨੇ ਖੜਕੇ ਫੋਟੋ ਵਗੈਰਾ ਖਿਚਾਈਆਂ ਹੈਗੀਆਂ, ਉਹ ਤਾਂ ਦਿਖਾ ਵੀ ਰਹੇ ਹੈਗੇ ਵੀ ਕੁਛ ਪੁਰਾਣੇ ਰਾਜਿਆਂ ਦੀਆਂ ਕੋਈ ਫੋਟੋ ਵਗੈਰਾ ਨਜ਼ਰ ਆ ਰਹੀਆਂ। ਫਿਰ ਕੋਈ ਪੁਰਾਤਨ ਬਣੀਆਂ ਹੋਣਗੀਆਂ, ਕੋਈ ਨਵੇਂ ਸਿਰਿਆਂ ਤਾਂ ਨਹੀਂ ਬਣੀਆਂ। ਜੇ ਪੁਰਾਤਨ ਹੋਣਗੀਆਂ ਕੋਈ ਉਹਨਾਂ ਨੂੰ ਪੇਂਟਿੰਗ ਵਗੈਰਾ ਹੋਰ ਹੀ ਹੋਊਗੀ ਕੋਈ ਪੁਰਾਤਨ ਇਸ ਤਰ੍ਹਾਂ ਦੀਆਂ ਫੋਟੋਆਂ, ਬਾਕੀ ਉਹ ਕਿੱਥੇ ਦੀਆਂ ਨੇ, ਕਿੱਥੇ ਆ, ਕਿੱਥੇ ਸਾਡੇ ਸਾਹਮਣੇ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਸੁਣੋ ਚ ਆਇਆ ਜਿਹੜਾ ਕਹਿੰਦੇ ਵੀ ਉਹ ਮਹਾਰਾਣਾ ਰਣਜੀਤ ਸਿੰਘ ਦੇ ਵੇਲੇ ਦੀਆਂ ਉਹ ਜਿਹੜੀਆਂ ਪੁਰਾਤਨ ਤਸਵੀਰਾਂ ਜਿਹੜੀਆਂ ਬਣੀਆਂ ਹੋਈਆਂ ਉਹ ਕੀ ਸਮਝਦੇ ਹੈ ਕਿ ਉਸ ਟਾਈਮ ਮਹਾਰਾਣਾ ਰਣਜੀਤ ਸਿੰਘ ਨੇ ਖੁਦ ਕਹਿ ਕੇ ਬਣਾਈਆਂ ਜਾਂ ਉਸ ਟਾਈਮ ਦੇ ਮੌਕੇ ਦੇ ਜਿਹੜੇ ਇੱਕ ਮਿਸਤਰੀ ਕਹਿ ਸਕਦੇ ਵੀ ਉਹਨਾਂ ਨੇ ਆਪਦੇ ਹਿਸਾਬ ਨਾਲ ਹੀ ਉਹ ਜਿਹੜੀਆਂ ਤਸਵੀਰਾਂ ਬਣਾਈਆਂ। ਸਾਡੇ ਅਜੇ ਤੱਕ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ, ਜੇ ਕੋਈ ਸਾਹਮਣੇ ਆਵੇ ਤਾਂ ਅਸੀਂ ਉਹਦੇ ਬਾਰੇ ਕੋਈ ਟਿੱਪਣੀ ਕਰ ਸਕਦੇ ਹਾਂ ਵੀ ਉਹ ਕਿਸ ਤਰ੍ਹਾਂ ਬਣਿਆ ਜਾਂ ਕਿਵੇਂ ਨਹੀਂ ਬਣੀਆਂ। ਅਜੇ ਤੱਕ ਸਾਡੇ ਕੋਈ ਸਾਹਮਣੇ ਨਹੀਂ ਆਈ। ਉੱਥੇ ਦਰਬਾਰ ਸਾਹਿਬ 'ਚ ਅਸੀਂ ਵੀ ਦਰਸ਼ਨ ਕਰਦੇ, ਸਾਰੀ ਮੀਨਾਕਾਰੀ ਦੇਖਦੇ ਹਾਂ, ਸਾਡੇ ਸਾਹਮਣੇ ਤੱਕ ਤਾਂ ਦਰਬਾਰ ਸਾਹਿਬ ਦੇ ਵਿੱਚ ਕਦੇ ਨਹੀਂ ਦੇਖੀ। ਤੁਹਾਡੇ ਮੁਤਾਬਕ ਵੀ ਉੱਥੇ ਇਸ ਤਰ੍ਹਾਂ ਤਸਵੀਰਾਂ ਨਹੀਂ ਪਈਆਂ? ਬਿਲਕੁਲ, ਅਸੀਂ ਕੋਈ ਅਜੇ ਤੱਕ ਨਹੀਂ ਦੇਖੀ। ਕੋਈ ਸਾਡੇ ਸਾਹਮਣੇ ਆਊਗੀ ਤਾਂ ਉਹਦੇ ਬਾਰੇ ਜ਼ਰੂਰ। Audio Jungle.